ਤਸਵੀਰਾਂ 'ਚ ਨਜ਼ਰ ਆ ਰਹੀ ਥਾਂ ਥਾਂ ਤੋਂ ਟੁੱਟੀ ਹੋਈ ਇਸ ਕਾਰ ਨੇ ਸੜਕ 'ਤੇ ਤਬਾਹੀ ਮਚਾਈ। ਇੱਕ ਇੱਕ ਕਰਕੇ ਤਿੰਨ ਮੋਟਰਸਾਈਕਲਾਂ ਨੂੰ ਇਸ ਕਾਰ ਨੇ ਜ਼ੋਰ ਨਾਲ ਟੱਕਰ ਮਾਰੀ ਅਤੇ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਇੱਕ ਬਾਈਕ ਜਿਹਦੇ ਉੱਤੇ ਬਜ਼ੁਰਗ ਪਤੀ ਪਤਨੀ ਸਵਾਰ ਸਨ, ਜਿਨ੍ਹਾਂ ਦੇ ਵਿੱਚੋਂ ਬਜ਼ੁਰਗ 'ਤੇ ਵੀ ਸੱਟਾਂ ਲੱਗੀਆਂ ਅਤੇ ਮਹਿਲਾ ਬਜ਼ੁਰਗ ਦੀ ਬਾਂਹ ਟੁੱਟ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਦੋਨੋਂ ਹੀ ਟੱਕਰ ਲੱਗਣ ਤੋਂ ਬਾਅਦ ਬੇਸੁੱਧ ਹੋ ਗਏ ਸਨ ਅਤੇ ਜਦੋਂ ਹੋਸ਼ ਆਇਆ ਤਾਂ ਉਹ ਹਸਪਤਾਲ ਦੇ ਵਿੱਚ ਸਨ। ਇਸੇ ਤਰ੍ਹਾਂ ਹੀ ਦੋ ਹੋਰ ਬਾਈਕ ਨੂੰ ਵੀ ਇਸ ਕਾਰ ਨੇ ਟੱਕਰ ਮਾਰੀ ਹੈ, ਜਿਹਦੇ ਉੱਤੇ ਦੋ ਨੌਜਵਾਨ ਸਵਾਰ ਸਨ ਅਤੇ ਉਹਨਾਂ ਦੀਆਂ ਵੀ ਲੱਤਾਂ ਟੁੱਟ ਗਈਆਂ ਨੇ ਅਤੇ ਇੱਕ ਵਿਅਕਤੀ ਹੋਰ ਬੁਰੀ ਤਰ੍ਹਾਂ ਜ਼ਖਮੀ ਹੋਇਆ। ਮਾਮਲਾ ਨਾਭਾ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਨਾਭਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਿ ਇੱਕ ਕਾਰ ਦੇ ਵੱਲੋਂ ਇੱਕ ਇੱਕ ਕਰਕੇ ਤਿੰਨ ਮੋਟਰਸਾਈਕਲਾਂ ਨੂੰ ਟੱਕਰ ਮਾਰੀ ਗਈ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਹ ਲੜਕੇ ਨਸ਼ੇ ਵਿੱਚ ਧੁੱਤ ਸਨ, ਜਿਨ੍ਹਾਂ ਦੇ ਵੱਲੋਂ ਕਾਰ ਚਲਾਈ ਜਾ ਰਹੀ ਸੀ ਅਤੇ ਕੋਈ ਜ਼ਿਆਦਾ ਉਮਰ ਦੇ ਵੀ ਨਹੀਂ ਸਨ, ਜਵਾਕ ਵਾਂਗ ਲੱਗ ਰਹੇ ਸਨ ਜਿਨ੍ਹਾਂ ਦੇ ਵੱਲੋਂ ਕਾਰ ਚਲਾਈ ਜਾ ਰਹੀ ਸੀ। ਨਸ਼ੇ ਦੀ ਹਾਲਤ ਵਿੱਚ ਇਹਨਾਂ ਨੇ ਸੜਕ ਦੇ ਉੱਤੇ ਇਸ ਕਦਰ ਹਾਹਾਕਾਰ ਮਚਾਈ ਕਿ ਤੇਜ਼ ਰਫ਼ਤਾਰੀ ਨਾਲ ਆਉਂਦੇ ਹੋਏ ਤਿੰਨ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਚਾਲਕ ਜਦੋਂ ਉੱਥੋਂ ਫਰਾਰ ਹੋਣ ਲੱਗਦੇ ਨੇ ਤਾਂ ਲੋਕਾਂ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਫੱਟੜ ਹੋਏ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਫੋਰਚੂਨਰ ਕਾਰ ਚਾਲਕ, ਜਿਸਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ, ਉਸੇ ਨੇ ਹੀ ਇਸ ਸਾਰਾ ਕਾਰਾ ਕੀਤਾ ਹੈ। ਇਸ ਹਾਦਸੇ ਦੇ ਦੌਰਾਨ ਨਾਭੇ ਤੇ ਟਿਊਸ਼ਨ ਪੜ੍ਹ ਕੇ ਪਿੰਡ ਕਕਰਾਲਾ ਨੂੰ ਜਾ ਰਹੇ ਦੋ ਵਿਦਿਆਰਥੀ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਸਨ, ਉਸਨੂੰ ਵੀ ਇਸ ਕਾਰ ਨੇ ਟੱਕਰ ਮਾਰੀ, ਜੋ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਅਤੇ ਦੋਵਾਂ ਦੀਆਂ ਲੱਤਾਂ ਟੁੱਟ ਗਈਆਂ ਨੇ। ਇਸੇ ਤਰ੍ਹਾਂ ਬਜ਼ੁਰਗ ਨੇ ਵੀ ਦੱਸਿਆ ਹੈ ਕਿ ਉਹਨਾਂ ਨੂੰ ਕੁਝ ਵੀ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਦੇ ਨਾਲ ਕੀ ਹੋਇਆ ਹੈ। ਟੱਕਰ ਲੱਗਣ ਤੋਂ ਬਾਅਦ ਉਹ ਬੇਸੁੱਧ ਹੋ ਗਏ ਸਨ ਅਤੇ ਹੋਸ਼ ਹਸਪਤਾਲ ਦੇ ਵਿੱਚ ਆਈ ਹੈ। ਕਈ ਮੋਟਰਸਾਈਕਲਾਂ ਨੂੰ ਟੱਕਰ ਮਾਰਨ ਤੋਂ ਬਾਅਦ ਜਦੋਂ ਇਹ ਕਾਰ ਚਾਲਕ ਉੱਥੋਂ ਫਰਾਰ ਹੋਣ ਲੱਗਦੇ ਨੇ ਤਾਂ ਲੋਕਾਂ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਅਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਹੁਣ ਪੁਲਿਸ ਦੇ ਵੱਲੋਂ ਇਹਨਾਂ ਮੁੰਡਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਮਗਰੋਂ ਗੱਡੀ ਬੜੀ ਜ਼ੋਰ ਦੀ ਮਾਰ ਕੇ ਇਹਨਾਂ ਦਾ ਘਰਦੇ ਨੂੰ 7 ਵੱਜ ਗਈ, ਨਾਲੇ ਮੇਰਾ ਸਿਰ ਧਰਤੀ ਨਾਲ ਲੱਗਾ। ਮੋਟਰਸਾਈਕਲ ਤੇ ਇਹਨੇ ਹੋਰ ਕਿੰਨੇ ਨੂੰ ਫੱਟੜ ਕਰਿਆ ਜੀ? ਉਹ ਪਿੰਡੋਂ ਦੇਖੋ ਜੀ, ਸਾਰੇ ਸਾਡੇ ਪਿੰਡ ਦੇ ਖੜੇ ਨੇ ਉਹ। ਹਾਂਜੀ, ਤੁਸੀਂ ਕਾਹਦੇ ਤੇ ਸੀਗੇ? ਅਸੀਂ ਮੋਟਰਸਾਈਕਲ ਤੇ ਸੀਗੇ, ਅਸੀਂ ਵਾਪਸੀ ਜਾ ਰਹੇ ਸੀਗੇ ਜੀ। ਕਿਹੜੇ ਪਿੰਡ ਜਾ ਰਹੇ? ਕਕਰਾਲੇ ਜੀ। ਉਹ ਮੈਂ ਜੋ ਮੇਰਾ ਬ੍ਰਦਰ ਇੱਥੇ ਦਾਖਲਾ ਉਹਦਾ ਖਬਰ ਲੈ ਕੇ ਅਸੀਂ ਵਾਪਸੀ ਜਾ ਰਹੇ ਸੀ ਤੇ ਮਗਰੋਂ ਦੀ ਬਹੁਤ ਜ਼ੋਰ ਦੀ ਪੁਲ ਚੜ੍ਹਦੇ ਜਦੋਂ ਆਪਾਂ ਜੀ ਉੱਥੇ ਹੋਏ ਇੱਥੇ ਆਪਣੇ ਆ ਜਿਹੜਾ ਪੁਲ ਆ ਜਦੋਂ ਆਪਾਂ ਚੜ੍ਹਦੇ ਨੀ ਤਾਂ ਇੱਧਰੋਂ ਉੱਥੇ ਹੋਇਆ। ਕਿੰਨੇ ਜਾਣੇ ਟੋਟਲ ਫੱਟੜ ਹੋਏ? ਅਸੀਂ ਤੇ ਦੋਏ ਮਾਲਕ ਚ ਵੀ ਸੀਗੇ ਜੀ, ਬਾਕੀ ਉਹ ਸਾਡਾ ਪਿੰਡ ਖੜਾ ਜੀ, ਸਾਰੇ ਪਿੰਡ ਦੇ ਨੇ ਸਾਡੇ। ਉਹ ਦੇਖੋ 3-4 ਜਾਣੇ ਉਹ ਸਾਰੇ ਸਾਡੇ ਪਿੰਡ ਦੇ ਖੜੇ ਨੇ, ਉਹ ਪ੍ਰਧਾਨ ਵੀ ਨੇ ਵਿੱਚ, ਮੈਂਬਰ ਸਰਪੰਚ ਸਾਰੇ ਵਿੱਚ ਹੀ ਨੇ ਜੀ। ਹਾਂਜੀ, ਇਹ ਮੇਰੇ ਪਾਸ ਤਾਂ ਖੜਿਆ ਵੀ ਨਹੀਂ ਜੀ, ਮਾਰ ਕੇ ਸਾਨੂੰ ਤਾਂ ਭੱਜ ਗਿਆ। ਮੈਨੂੰ ਤਾਂ ਮੁੰਡਿਆਂ ਨੇ ਚੱਕਿਆ ਜੀ ਉੱਥੇ ਲਵੇ ਵਾਲੇ ਸੀ ਜਿਹੜੇ, ਸਾਨੂੰ ਤਾਂ ਬੇਸੁਰਤ ਕਰਕੇ ਸਿੱਟ ਗਿਆ, ਸਾਨੂੰ ਤਾਂ ਸੁਰਤ ਵੀ ਉਰੇ ਆ ਕੇ ਆਈ ਹੈ। ਹੋਸਪਿਟਲ 'ਚ ਮੇਰੇ ਤਾਂ ਸੁਰਤ ਆਈ ਹੈ ਜੀ, ਪਤਾ ਨਹੀਂ, ਮੈਨੂੰ ਇਹ ਵੀ ਨਹੀਂ ਪਤਾ ਵੀ ਵੱਜਿਆ ਸਾਡੇ 'ਚ। ਉਹ ਤਾਂ ਮਗਰੋਂ ਮੁੰਡੇ ਦੱਸ ਰਹੇ ਵੀ ਤੁਹਾਨੂੰ ਗੱਡੀ ਵਾਲਾ ਮਾਰ ਕੇ ਸੁੱਟ ਗਿਆ ਜੀ, ਉਹ ਚੱਕ ਕੇ ਲਿਆਏ ਨੇ ਸਾਨੂੰ, ਵਿਚਾਰੇ ਜਿਹੜੇ ਉੱਥੇ ਦੇਖ ਰਹੇ ਸੀ ਉਹ ਲਿਆਏ ਨੇ ਸਾਨੂੰ। ਓਕੇ, ਕੀ ਹੋਇਆ? ਇਹ ਟਿਊਸ਼ਨ ਤੇ ਆ ਰਹੇ ਸੀ ਜੀ ਸ਼ਾਮ ਨੂੰ, ਕਾਰ ਵਾਲੇ ਨੇ ਫੇਟ ਮਾਰੀ 3 ਬੰਦਿਆਂ ਦੇ, ਪਹਿਲੇ ਇੱਕ ਇਹਨਾਂ ਦੇ ਮਾਰੀ, ਇੱਕ ਹੋਰ ਦੇ, 3 ਬੰਦੇ ਸਾਡੇ ਪਿੰਡ ਦੇ ਤੇ 3 ਨੂੰ ਫੇਟ ਮਾਰ ਕੇ ਸਿੱਟ ਗਿਆ। ਸਿੱਧੀ ਗੱਡੀ ਮਾਰੀ, ਨਸ਼ਾ ਕੀਤਾ ਸਾਹਮਣੇ ਬੈਠਾ ਜੀ ਸਰਪੰਚ ਕੋਰਟ ਦਾ। ਟਿਊਸ਼ਨ ਦੇ ਕਿੰਨੇ ਜਣੇ ਜਾ ਰਹੇ? ਟਿਊਸ਼ਨ ਤੇ 2 ਜਣੇ ਜਾ ਰਹੇ ਤੇ ਨਾਭੇ ਆ ਰਹੇ ਸੀ। ਨਾਭੇ ਆ ਰਹੇ ਤੇ
ਜਵਾਕ ਤਾਂ 16-16 17-17 ਸਾਲ ਦੇ ਸੱਟਾ, ਇੱਕ ਤਾਂ ਪੱਟ ਟੁੱਟ ਗਿਆ ਜੀ, ਇਹਦੇ ਬਾਅਦ ਹੈ ਜੀ ਸੱਟ, ਦੋ ਦੇ ਮੇਰੇ ਖਿਆਲ ਪੱਟ ਟੁੱਟ ਗਏ ਦੋ ਜਾਣਿਆਂ ਦੇ, ਤੀਜਾ ਉੱਧਰ ਪਿਆ ਉਹਦਾ ਪਤਾ ਨਹੀਂ ਕੀ ਹੋਇਆ ਕੀ ਨਹੀਂ, ਉਹ ਵੀ ਕਕਰਾਲੇ ਦੇ ਹੀ ਹੈ। ਟੋਟਲ ਕਿੰਨੇ ਜਾਣੇ? 5 ਜਾਣੇ ਜੀ। ਜੀ ਸਾਡੇ ਕਕਰਾਲੇ ਪਿੰਡ ਤੋਂ ਅੱਗੇ ਗ੍ਰਿੱਡ ਪੈਂਦਾ ਜੀ, ਗ੍ਰਿੱਡ ਤੋਂ ਅੱਗੇ ਆ ਕੇ ਨਾ ਜੀ ਬੰਦੇ ਨੇ ਦਾਰੂ ਨਾਲ ਡਰਿੰਕ ਕੀਤੀ ਹੋਈ ਸੀ, ਫੁੱਲ ਪੂਰਾ ਰੱਜਿਆ ਹੋਇਆ ਸੀ, ਉਹਨੇ ਆ ਕੇ ਜੀ ਸਾਡੇ ਦੋ ਬੱਚੇ, ਮੇਰਾ ਭਤੀਜਾ ਤੇ ਮੇਰਾ ਬੇਟਾ, ਪਹਿਲਾਂ ਉਹਨਾਂ ਨੂੰ ਦੈੜਿਆ ਤੇ ਉਸ ਤੋਂ ਬਾਅਦ ਅੱਗੇ ਆ ਕੇ ਫਿਰ ਇੱਕ ਮੇਰਾ ਪਿੰਡ ਦੇ ਭਰਾ ਹੈ ਜੀ, ਉਹਨੂੰ ਦੈੜਤਾ, ਉਹਦਾ ਪੱਟ ਤੋੜਤਾ ਜੀ, ਉਸ ਤੋਂ ਅੱਗੇ ਆ ਕੇ ਇੱਕ ਸਿਆਣਾ ਬਜ਼ੁਰਗ ਸਾਡੇ ਪਿੰਡ ਦੇ ਕਕਰਾਲੇ ਦੇ ਜੀ ਨੇ ਜੀ, ਡੀਸੀ ਜੀ, ਉਹਨਾਂ ਨੂੰ ਆ ਕੇ ਉਹਨਾਂ ਦੇ ਸਿਰ 'ਚ ਬਹੁਤ ਐਮਰਜੈਂਸੀ ਸੱਟਾ। ਟੋਟਲ ਕਿੰਨੇ ਜਾਣੇ? ਟੋਟਲ 5 ਜਾਣੇ ਜੀ। ਇੰਜਰਡ ਨੇ ਸੱਟਾ ਜੀ, ਸਿਰ 'ਚ ਵੀ ਨੇ, ਦੋ ਦੇ ਪੱਟ ਟੁੱਟ ਗਏ ਜੀ ਤੇ ਇੱਕ ਦੀਆਂ ਬਾਹਾਂ ਟੁੱਟ ਗਈਆਂ ਜੀ, ਤੇ ਇੱਕ ਦਾ ਸਿਰ 'ਚ ਜ਼ਿਆਦਾ ਸੱਟਾ ਇੰਜਰਡ ਹੋਇਆ ਜੀ। ਜਿਹੜੇ ਬੱਚੇ ਕਹਿ ਰਹੇ ਮੋਟਰਸਾਈਕਲ ਤੇ, ਉਹ ਤਾਂ ਕਿੱਥੇ ਜਾ ਰਹੇ ਸੀ? ਉਹ ਜੀ ਘਰ ਨੂੰ ਜਾ ਰਹੇ ਤੇ ਟਿਊਸ਼ਨ ਤੋਂ ਆਏ ਤੇ ਕਕਰਾਲੇ ਨੂੰ। ਹਾਂਜੀ, ਟਿਊਸ਼ਨ ਤੋਂ ਇੱਕ ਜਸਪ੍ਰੀਤ ਸ਼ਰਮਾ ਹੈ ਜੀ, ਇੱਕ ਹਰਮਨ ਸਰਾਓ ਹੈ ਜੀ, ਇੱਕ ਕਰਮ ਸਿੰਘ ਹੈ ਜੀ ਬੱਚਾ। ਹਾਂਜੀ, ਦੋਨੇ ਉਹ ਮੀਆਂ ਬੀਬੀ ਨੇ ਜੀ, ਉਹ ਸਿਆਣੇ ਬਜ਼ੁਰਗ ਨੇ, ਡੀਸੀ ਜੀ ਤੇ ਉਹਨਾਂ ਦੀ ਵਾਈਫ ਜੀ, ਤੇ ਉਹ ਸਾਰੇ ਜੀ ਉਹਨਾਂ ਨੂੰ ਇੰਜਰਡ ਜ਼ਿਆਦਾ ਕਰਤਾ ਜੀ। ਤੇ ਬੰਦਾ ਗੱਡੀ ਭਜਾ ਕੇ ਜੀ, ਦੇਖੋ ਗੱਡੀ ਰੋਕੀ ਨੀ ਬੰਦੇ ਨੇ ਬਿਲਕੁਲ ਵੀ, ਭਜਾ ਕੇ ਗੱਡੀ ਲਿਆ ਕੇ ਜੀ ਪੁਲ ਦੇ ਨੀਚੇ ਲਾ ਕੇ ਰੇਲਵੇ ਲਾਈਨ ਨੂੰ ਹੋ ਕੇ ਭੱਜ ਲਿਆ ਜੀ ਬੰਦਾ, ਫਿਰ ਉੱਥੋਂ ਫੜ ਕੇ ਲਿਆਂਦਾ ਜੀ। ਡਰਿੰਕ ਹੈ ਜੀ, ਬਹੁਤ ਰੱਜਿਆ ਹੋਇਆ ਜੀ, ਹੁਣ ਵੀ ਅੰਦਰ ਹੀ ਹੈ ਜੀ, ਹੋਸਪਿਟਲ ਦੇ ਵਿੱਚ ਹੀ ਹੈ, ਤੇ ਅਸੀਂ ਫੜ ਕੇ ਲਿਆਏ ਜੀ ਉਰੇ, ਤੇ ਉਹ ਪੂਰਾ ਨਸ਼ੇ ਚ ਧੁੱਤ ਹੈ ਜੀ। ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜੀ ਵੀ ਸਾਡੀ ਜੋ ਕਾਰਵਾਈ ਦੀ ਕਾਰਵਾਈ ਆ ਉਹ ਕੀਤੀ ਜਾਵੇ। ਟੋਟਲ 5 ਪੇਸ਼ੈਂਟਸ ਇੰਜਰਡ ਆਏ ਆ ਸਾਡੇ ਕੋਲ, ਤੇ ਉਹਨਾਂ ਵਿੱਚੋਂ 2 ਦਾ ਫ੍ਰੈਕਚਰ ਸੀਗਾ ਤਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ, ਨਾਮ ਉਹਨਾਂ ਦੇ ਹਰਮਨ ਤੇ ਕਰਮ ਸਿੰਘ, ਤੇ ਬਾਕੀ 3 ਪੇਸ਼ੈਂਟ ਅੰਡਰ ਆਬਜ਼ਰਵੇਸ਼ਨ ਨੇ ਸਾਡੇ ਕੋਲ, ਜਸਪ੍ਰੀਤ ਸ਼ਰਮਾ, ਦਾਰਾ ਸਿੰਘ ਤੇ ਉਹਨਾਂ ਦੀ ਪਤਨੀ ਬਲਵਿੰਦਰ। ਉਹਨਾਂ ਦੇ 2 ਜਣਿਆਂ ਦੇ ਲੱਤ 'ਚ ਫ੍ਰੈਕਚਰ ਲੱਗ ਰਿਹਾ ਹੈ, ਇਲਾਜ ਲਈ ਉਹਨਾਂ ਨੂੰ ਰਜਿੰਦਰਾ ਰੱਖ। ਹਾਂਜੀ, ਉਹਨਾਂ ਦੀ ਉਮਰ ਨਾਲ, ਇੱਕ ਦੀ ਉਮਰ 17 ਸਾਲ ਹੈ, ਇੱਕ 24 ਸਾਲ।